हाँ जी दोस्तों, सत श्री अकाल जी। साडे यूट्यूब चैनल हरीका जॉब अलर्ट उत्ते तुहाडा स्वागत है जी। दोस्तों, जे तुसी साडे चैनल नू पहली बार विजिट कर रहे हो तां सब तो पहला चैनल नू सबसक्राइब कर दो ते बैल आइकन जरूर दबा दो दोस्तों, तां जो असी नैक्सट वीडियो पाईए तां उहदा नोटिफिकेशन तुहाडे फोन दे विच प्राप्त हो जाए। ते दोस्तों, अज जिहड़ा असी ऑफिशियल शॉर्ट नोटिस लै के आए हाँ, उह एक्स सर्विसमैन कंट्रीब्यूटरी हैल्थ स्कीम ECHS ਦਾ ਲੈ ਕੇ ਆਇਆ ਦੋਸਤੋ। ਇੰਪਲੋਇਮੈਂਟ ਨੋਟਿਸ ਹੈ ਓਫੀਸ਼ੀਅਲ, ਦਾ ਟ੍ਰਿਬਿਊਨ ਨਿਊਜ਼ ਪੇਪਰ ਦੇ ਵਿੱਚ ਆਇਆ ਦੋਸਤੋ। ECHS ਸੈੱਲ ਸਟੇਸ਼ਨ ਹੈੱਡਕੁਆਟਰ ਜੋਲ ਕੈਂਟ ਹਿਮਾਚਲ ਪ੍ਰਦੇਸ਼ ਦੇ ਲਈ ਵੈਕੈਂਸੀਆਂ ਆਈਆਂ ਨੇ ਜੀ। ਵੈਕੈਂਸੀਆਂ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਚੈੱਕ ਕਰ ਸਕਦੇ ਹੋ ਕਿਹੜੀਆਂ ਕਿਹੜੀਆਂ ਵੈਕੈਂਸੀਆਂ ਨੇ। ਅਤੇ ਦੋਸਤੋ, ਇਹਦੇ ਵਿੱਚ ਕੁਛ ਕੁ ਦੀ ਅਸੀਂ ਕੁਆਲੀਫਿਕੇਸ਼ਨ ਦੱਸ ਦਿੰਦੇ ਹਾਂ ਕਿਉਂਕਿ ਹਾਲੇ ਤੱਕ ਫੁੱਲ ਐਡਵਰਟਾਈਜ਼ਮੈਂਟ ਇਹਦਾ ਰਿਲੀਜ਼ ਨਹੀਂ ਹੋਇਆ, ਕੇਵਲ ਅਤੇ ਕੇਵਲ ਸ਼ੋਰਟ ਨੋਟਿਸ ਆਇਆ ਇਹਦਾ। ਅਤੇ ਇਹਦੇ ਵਿੱਚ ਚੌਕੀਦਾਰ ਡਰਾਈਵਰ ਦੇ ਲਈ ਜਿਹੜੀ ਕਿ 8ਵੀਂ ਪਾਸ ਮੰਗੀ ਹੈ ਦੋਸਤੋ, ਡਰਾਈਵਰ ਦੇ ਲਈ ਤੁਹਾਡੇ ਕੋਲ 5 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ, ਚੌਕੀਦਾਰ ਲਈ ਕੋਈ ਤਜ਼ਰਬਾ ਨਹੀਂ ਹੋਣਾ ਚਾਹੀਦਾ। ਅਤੇ ਇਹਦੇ ਲਈ ਦੋਸਤੋ ਐਕਸ ਸਰਵਿਸਮੈਨ ਵੀ ਅਪਲਾਈ ਕਰ ਸਕਦੇ ਆ ਅਤੇ ਸਿਵਿਲੀਅਨ ਕੈਂਡੀਡੇਟ, ਆਮ ਕੈਂਡੀਡੇਟ ਵੀ ਇਹਦੇ ਲਈ ਅਪਲਾਈ ਕਰ ਸਕਦੇ ਆ। ਅਤੇ ਦੋਸਤੋ, ਇਹਨੂੰ ਅਪਲਾਈ ਤੁਸੀਂ ਕਿੰਝ ਕਰਨਾ? ਇਹਨੂੰ ਤੁਸੀਂ ਅਪਲਾਈ ਕਰਨ ਲਈ ਡਾਕ ਰਾਹੀਂ ਇਹਨੂੰ ਅਪਲਾਈ ਕਰ ਸਕਦੇ ਹੋ। ਅਤੇ ਇਹਦਾ ਜਿਹੜਾ ਫਾਰਮ ਹੈ ਉਹ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ, ਉਸ ਲਿੰਕ 'ਤੇ ਕਲਿੱਕ ਕਰਕੇ ਇਹਦਾ ਫਾਰਮ ਤੁਸੀਂ ਡਾਊਨਲੋਡ ਕਰ ਸਕਦੇ ਹੋ ਅਤੇ ਉਹ ਤੁਸੀਂ ਸੈਂਡ ਕਰਨਾ। ਦੋਸਤੋ, ਐਡਰੈਸ ਨੋਟ ਕਰ ਲਓ, ਸਟੇਸ਼ਨ ਹੈੱਡਕੁਆਟਰ ECHS ਸੈੱਲ ਯੋਲ ਕੈਂਟ ਹਿਮਾਚਲ ਪ੍ਰਦੇਸ਼। ਅਤੇ ਦੋਸਤੋ, ਬਾਕੀ ਜਾਣਕਾਰੀ ਲਈ ਇਹਨਾਂ ਦਾ ਫੋਨ ਨੰਬਰ ਨੋਟ ਕਰ ਲਓ, 0 1892 235 674, ਇੰਗਲਿਸ਼ 'ਚ ਨੋਟ ਕਰ ਲਓ ਦੋਸਤੋ, 0 1892 235 674। ਅਤੇ ਇਸ ਤੋਂ ਇਲਾਵਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜੂਗਾ ਦੋਸਤੋ। ਇਹਦੀ ਲਾਸਟ ਡੇਟ ਹੈ ਜੀ 4 ਦਸੰਬਰ 2019। ਅਤੇ ਦੋਸਤੋ, ਇਹਦਾ ਸਕਰੀਨਿੰਗ ਟੈਸਟ ਹੋਣਾ ਜੀ 6 ਦਸੰਬਰ 2019 ਨੂੰ। ਅਤੇ ਜਦੋਂ ਤੁਸੀਂ ਸਕਰੀਨਿੰਗ ਟੈਸਟ ਹੋਣਾ ਇੱਥੇ, ਤਾਂ ਉਹਦੇ ਨਾਲ ਤੁਸੀਂ ਓਰੀਜਨਲ ਡਾਕੂਮੈਂਟਸ ਪਲੱਸ 2 ਸੈੱਟ ਫੋਟੋ ਕਾਪੀਜ਼ ਦੇ ਆਲ ਡਾਕੂਮੈਂਟਸ ਦੇ, ਐਜੂਕੇਸ਼ਨਲ ਪਲੱਸ ਐਕਸਪੀਰੀਅੰਸ ਡਾਕੂਮੈਂਟਸ ਨੇ ਜਿਹੜੇ ਤੁਹਾਡੇ, ਅਤੇ ਨਾਲ ਤੁਹਾਡੀਆਂ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਤੁਸੀਂ ਲੈ ਕੇ ਜਾਣੀਆਂ ਨੇ ਇੰਟਰਵਿਊ ਟਾਈਮ ਦੇ ਦੌਰਾਨ। ਅਤੇ ਦੋਸਤੋ, ਬਾਕੀ ਜੇ ਕਿਸੇ ਨੂੰ ਕੋਈ ਨਹੀਂ ਪਤਾ ਲੱਗ ਰਿਹਾ ਤਾਂ ਨੀਚੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਨੂੰ ਪੁੱਛ ਸਕਦਾ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ। ਅਤੇ ਦੋਸਤੋ, ਜਿਹੜੇ ਚੈਨਲ 'ਤੇ ਨਿਊ ਆਇਆ, ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਦਿਉ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ। ਧੰਨਵਾਦ ਦੋਸਤੋ।